ਪੂਰੇ ਭਾਰਤ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਅਜਨ ਤੀਜੇ ਆਏ ਆ ਅਸੀਂ ਦੋ ਸੀਟਾਂ ਦੇ ਉੱਪਰ ਜਿਹੜੀ ਇਲੈਕਸ਼ਨ ਕੰਪੇਨ ਬੜੇ ਜ਼ੋਰ ਦੇ ਨਾਲ ਰੰਗੀ ਸੀ ਸਭ ਤੋਂ ਪਹਿਲਾਂ ਤਾਂ ਜੋ ਜ਼ਿਲ੍ਹਾ ਫਰੀਦਕੋਟ ਲੋਕ ਸਭਾ ਹਲਕਾ ਹੈ ਉੱਥੇ ਅਸੀਂ ਪਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਅਮਰ ਸ਼ਹੀਦ ਪਾਈ ਬੀਨਤ ਸਿੰਘ ਦਾ ਸੁਪੁੱਤਰ ਹੈ ਪਾਈ ਬਾਂਚਿੰਗ ਉਹ ਸਾਡੇ ਮਹਾਨ ਨਾਇਕ ਸ਼ਹੀਦ ਨੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦ ਉੱਪਰ ਤੋਪਾਂ ਟੈਂਕਾਂ ਤੇ ਲੱਖਾਂ ਹੀ ਫੌਜਾਂ ਦੇ ਚੜ੍ਹ ਕੇ ਜੋ ਹਮਲਾ ਕਰ ਦਿੱਤਾ ਗਿਆ ਸੀ 1984 ਦੇ ਵਿੱਚ ਇੰਦਰਾ ਗਾਂਧੀ ਦੇ ਸਰਕਾਰ ਨੇ ਜੋ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤਨਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਿਵਸ ਮਨਾਉਂਦੀਆਂ ਸੰਗਤਾਂ ਗੋਲੀਆਂ ਨਾਲ ਭੰਨ ਦਿੱਤੀਆਂ ਸਾਡੇ ਸੈਂਕੜੇ ਹੀ ਸੂਰਬੀਰ ਯੋਧੇ ਬਹਾਦਰਾਂ ਨੇ ਹੌਂਦਾ ਡਟ ਕੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਜਦੋਂ ਭਾਈ ਬਿਅੰਤ ਸਿੰਘ ਭਾਈ ਕੇਰ ਸਿੰਘ ਭਾਈ ਸਤਵੰਤ ਸਿੰਘ ਨੇ ਅੰਦਰਲੇ ਹਾਲਾਤ ਵੇਖੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਇਕੱਠਾ ਹੋਇਆ ਕਾਲ ਤਰ ਦੇਖਿਆ ਤੇ ਉਹਨਾਂ ਦਾ ਮਨ ਬਲੁੰਦ ਰਿਆ ਗਿਆ ਉਹਨਾਂ ਨੇ ਬਦਲਾ ਲੈਣ ਦੀ ठान ਲਈ ਤੇ ਉਹਨਾਂ ਨੇ ਉਦਹੀ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਹੀ ਉਹਨਾਂ ਨੂੰ ਗੋਲੀਆਂ ਨਾਲ ਪੰਨ ਦਿੱਤਾ ਸੀ ਜਦੋਂ ਸਮੁੱਚੀ ਕੌਮ ਬੜੇ ਨਿਮੋਸ਼ੀ ਦੇ ਹਾਲ ਵਿੱਚ ਸੀ ਕਿ ਸਾਡੇ ਨਾਲ ਭਾਰਤ ਆਜ਼ਾਦ ਭਾਰਤ ਦੇ ਵਿੱਚ ਕੀ ਵਾਪਰਿਆ ਜਿਸ ਭਾਰਤ ਦੀ ਆਜ਼ਾਦੀ ਵਾਸਤੇ ਅਸੀਂ ਆਪਣੇ ਘਰ-ਬਾਰ त्याਗੇ ਜ਼ਮੀਨਾਂ त्याਗੀਆਂ ਆਪਣਾ ਬਹੁਤ ਕੁਝ ਬਰਬਾਦ ਕੀਤਾ ਉਸੇ ਭਾਰਤ ਦੇ ਵਿੱਚ ਸਾਡੇ ਧਰਮ ਤੇ ਹਮਲਾ ਹੋ ਗਿਆ ਪਰ ਜਦੋਂ ਭਾਈ ਬੈਂਤ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਤਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਫਖਰ ਮਹਿਸੂਸ ਕੀਤਾ ਅੱਜ ਮੈਂ ਸਮਝਦਾ ਕਿ ਜਿੱਥੇ ਅਸੀਂ ਉਸ ਕਲੂ ਘਰੇ ਦੀ 40ਵੀਂ ਵਰੇਗੰਢ ਮਨਾ ਰਹੇ ਹਾਂ ਤੇ ਉਸ 40ਵੀਂ ਬਰੀਗੰਡ ਦੇ ਉੱਪਰ ਫਰੀਦਕੋਟ ਨਿਵਾਸੀਆਂ ਨੇ ਇੱਕ ਬਹੁਤ ਵੱਡੀ ਸ਼ਰਧਾਂਜਲੀ ਦਿੱਤੀ ਆ ਜਿਹੜੇ ਉਹਦੇ ਮਹਾਨ ਸੁਪੁੱਤਰ ਨੂੰ ਬਹੁਤ ਵੱਡੀ ਲੀਡ ਤੇ ਜਿਤਾ ਕੇ ਇਹ ਨਹੀਂ ਕਿ ਕੋਈ ਗੱਲ ਪਰਦੇਚ ਰੱਖੀ ਅਸੀਂ ਸਭ ਸੰਗਤਾਂ ਨੂੰ ਅਸੀਂ ਦੱਸਿਆ ਕਿ ਇਹ ਸਰਬਜੀਤ ਸਿੰਘ ਖਾਲਸਾ ਕੌਣ ਹੈ ਕਿ ਇਹ ਇੱਕ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਦਾ ਪੁੱਤਰ ਹੈ ਜਿਸ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਜਿਸ ਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਉਹਨੂੰ ਪਤਾ ਸੀ ਇਦੇ ਤੋਂ ਬਾਅਦ ਸਾਡੇ ਗੋਲੀਆਂ ਵੱਜ ਸਕਦੀਆਂ ਸਾਨੂੰ ਮੌਤ ਦੇ ਮੂੰਹ ਜਾਣਾ ਪੈਣਾ ਪਰ ਇਹਦੇ باوجود ਨੇ ਇੱਕ ਬਹੁਤ ਬਹਾਦਰੀ ਤੇ ਦਲੇਰੀ ਨਾਲ ਕੰਮ ਕੀਤਾ ਪਰ ਫਰੀਦਕੋਟ ਦੇ ਸਮੂਹ ਪੰਜਾਬੀਆਂ ਨੇ ਬੜੀ ਵੱਡੀ ਇਹ ਇੱਕ ਦਲੇਰੀ ਦਿਖਾਈ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਜਦੋਂ ਪਹਿਲਾਂ ਭਾਈ ਸਰਜੀਤ ਸਿੰਘ ਸਾਡੇ ਕੋਲੇ ਆਇਆ ਤਾਂ ਅਸੀਂ ਇੱਥੇ ਦੁਆਬੇ ਦੇ ਵਿੱਚ ਹੀ ਮਿਸ਼ਨ ਰਸੀਦਾਂ ਤਰਨਤਲ ਦੇ ਬਾਬਾ ਸਵਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਆ ਇਨਾਂ ਦੇ ਸਥਾਨ ਤੇ ਇੱਕ ਸਿੱਖ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਧੀਰਗ ਵਿਚਾਰਾਂ ਹੋਈਆਂ ਉਹ ਤੋਂ ਬਾਅਦ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮ੍ਰਿਤਸਾਲ ਦੇ 14ਵੇਂ ਮੁਖੀ ਉਹਨਾਂ ਦੇ ਜਨਮ ਸਥਾਨ ਤੇ ਗੁਰਦੁਆਰਾ ਸੰਤ ਖਾਲਸਾ ਵਿਖੇ ਘਟੋ ਘਟ 500 ਬੰਦਿਆਂ ਦੀ ਅਸੀਂ ਮੀਟਿੰਗ ਛੱਦੀ ਸੀ ਤੇ ਉੱਥੋਂ ਅਸੀਂ ਪਾਈ ਸਰਬਜੀਤ ਸਿੰਘ ਨੂੰ ਸੱਦ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਬਾਬਾ ਫਰੀਦ ਦੇ ਗੁਰਦੁਆਰਾ ਬਾਬਾ ਫਰੀਦ ਫਰੀਦਕੁੱਟ ਵਿਖੇ ਮੱਥਾ ਟੇਕਣ ਵਾਸਤੇ ਵੱਡੇ ਕਾਫਲੇ ਮੋਟਰਸਾਈਕਲਾਂ ਗੱਡੀਆਂ ਟਰੈਕਟਰਾਂ ਤੇ ਝੰਡੇ ਬੰਨ੍ਹ ਕੇ ਵੱਡੇ ਕਾਫਲੇ ਦੇ ਵਿੱਚ ਅਸੀਂ ਉਹਨੂੰ ਜੰਗ ਅਖਾੜੇ ਦੇ ਵਿੱਚ ਚੌਣ ਅਖਾੜੇ ਦੇ ਵਿੱਚ ਉਤਾਰਿਆ ਸੀ ਉਸ ਤੋਂ ਬਾਅਦ ਬਹੁਤ ਵੱਡੇ ਕਾਫਲੇ ਰੋਡ ਸ਼ੋਅ ਹੋਏ ਜਿਹਦੇ ਵਿੱਚ ਸਮੂਹੀ ਜਿੱਥੇ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਉਮੀਦਵਾਰਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੀ ਸਾਧਵਾਂ ਸਾਧਨਾ ਦੇ ਨਾਲ ਸਾਬਣੇ ਕਿਸੇ ਨੇ 2 ਦਿਨ ਕਿਸੇ ਨੇ 4 ਦਿਨ ਜਿੱਧਰ ਵੀ ਡਿਊਟੀਆਂ ਲੱਗਦੀਆਂ ਦਿਨ ਰਾਤ ਇਹ ਕੀਤਾ ਉੱਥੇ ਇਹ ਵੀ ਮੈਂ ਖੁਸ਼ਕਰ ਮਹਿਸੂਸ ਕਰਦਾ ਹਾਂ ਕਿ ਜਿੰਨੇ ਸਾਡੇ ਪੁਰਾਣੇ 1999 ਦੇ ਜਿਨ੍ਹਾਂ ਨੇ ਸੰਘਰਸ਼ ਢਾਇਆ ਸੀ ਤੇ ਚੋਣਾ 13 ਦੀਆਂ 13 ਸੀਟਾਂ ਜਿੱਤੀਆਂ ਸੀ ਉਹਨਾਂ ਵਿੱਚ ਵੀ ਉਹਨੂੰ ਦਰਸਾਉਣਾ ਹੈ ਬਲਕਿ ਸੰਗਤਾਂ ਨੇ ਇਹ ठान ਲਿਆ ਕਿ ਅਸੀਂ ਅਮਰ ਸ਼ਹੀਦ ਭਾਈ ਬਿਆਨਤ ਸਿੰਘ ਨੂੰ ਵੋਟ ਦੇਣੀ ਹੈ ਜਿਹਨੇ ਸਾਡੀ ਡਿੱਗੀ ਹੋਈ ਪੱਗ ਨੂੰ ਜਿਨ੍ਹਾਂ ਨੇ ਸਾਡੀ ਪਾਗ ਨੂੰ ਹੱਥ ਲਾਇਆ ਉਹਨਾਂ ਨੇ ਉਹਨਾਂ ਦੀ ਗਿੱਚੀ ਨੂੰ ਹੱਥ ਪਾ ਕੇ ਉਹਨਾਂ ਨੂੰ ਪਾਰ ਬੁਲਾਇਆ ਇਸ ਕਰਕੇ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨੂੰ ਵੋਟ ਦੇ ਕੇ ਉਹਦਾ ਕਰਜ਼ ਉਤਾਰੀਏ ਇਸੇ ਕਰਕੇ ਕੋਲੋਂ ਖਾ ਸਾਧਨ ਵਰਤ ਕੇ ਕੋਲੋਂ ਪੈਸਾ ਲਾ ਕੇ ਕੋਲੋਂ ਝੰਡੇ ਬਣਾ ਕੇ ਬਹੁਤ ਵੱਡੇ ਕਾਫਲੇ ਖੜੇ ਕਰ ਦਿੱਤੇ ਤੇ ਅਸੀਂ ਨੌ ਹੀ ਹਲਕਿਆਂ ਦੇ ਵਿੱਚ ਜਿਹੜੇ ਦਫ਼ਤਰ ਖੋਲੇ ਉਹਨਾਂ ਸਾਰਿਆਂ ਦਾ ਜੇ ਨਾਲ ਮਾਂ ਤਾਂ ਸਮਾਂ ਲੱਗ ਦੇਗਾ ਭਾਵੇਂ ਉਹ ਜੈਤੂ ਦੇ ਵਿੱਚ ਸੀ ਭਾਵੇਂ ਰਾਮਪੁਰਾ ਫੂਲ ਦੇ ਵਿੱਚ ਸੀ ਪਾਵੇਂ ਉਹ ਗਿੱਦੜਵਾਹਾ ਦੇ ਵਿੱਚ ਸੀ ਦੋਦੇ ਦੇ ਵਿੱਚ ਸੀ ਫਰੀਦਕੋਟ ਸੀ ਕੋਟ ਕਪੂਰਾਤ ਸੀ ਉੱਥੇ ਸਾਡੇ ਸੁਖਜਿੰਦਰ ਸਿੰਘ ਹੁਣੀ ਪ੍ਰੋਫੈਸਰ ਜਸਵਾਲ ਸਿੰਘ ਹੁਣੀ ਸਾਰਿਆਂ ਨੇ ਆਪੋ ਆਪਣੀਆਂ ਬਾਖੂਬੀ ਡਿਊਟੀਆਂ ਨਿਭਾਈਆਂ ਤੇ ਸੰਗਤਾਂ ਨੇ ਹੱਥਾਂ ਤੇ ਚੁੱਕ ਲਿਆ ਭਾਈ ਸਰਬਜੀਤ ਸਿੰਘ ਨੂੰ ਸਵੇਰ ਤੋਂ ਲੈ ਕੇ ਰਾਤ ਦੇ 11-11 ਵਜੇ ਜਾਂਦੇ ਸਨ ਤੇ ਸਰਬਜੀਤ ਸਿੰਘ ਨੂੰ ਇਹ ਵੀ ਕੋਈ ਫਿਕਰ ਨਹੀਂ ਹੁੰਦਾ ਸੀ ਕਿ ਕਿਹੜੀ ਗੱਡੀ 'ਚ ਮੈਂ ਤੇਲ ਪਾਉਣਾ ਹੈ ਕਿੱਥੇ ਲੰਗਰ ਛਕਾਉਣਾ ਹੈ ਕਿੱਥੇ ਰਾਤ ਨੂੰ ਰਹਿ ਦਾ ਪ੍ਰਬੰਧ ਕਰਨਾ ਹੈ ਇਹ ਸਾਰਾ ਪ੍ਰਬੰਧ ਹੀ ਸੰਗਤਾਂ ਦਾ ਸੀ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਉਹਦੇ ਤੇ ਵੀ ਅਸੀਂ ਤੂਫਾਨੀ ਦੌਰੇ ਕੀਤੇ ਕਈ ਵਾਰ ਮੈਨੂੰ ਜਾ ਕੇ ਬੋਲਣਾ ਪਿਆ ਹਾਲਾਂਕਿ ਜਿਹੜੀਆਂ ਸਥਾਪਤ ਪਾਰਟੀਆਂ ਸੀ ਜਿਨ੍ਹਾਂ ਨੂੰ ਪਹਿਲਾਂ ਪੰਥ ਨੇ ਨਵਾਜਿਆ ਸੀ ਪਰ ਉਹਨਾਂ ਦੀਆਂ ਵੱਡੀਆਂ ਗਲਤੀਆਂ ਵੱਡੀਆਂ ਕਮਜ਼ੋਰੀਆਂ ਤੇ ਗਲਤ ਹਰਕਤਾਂ ਕਰਕਤੇ ਕਰਕੇ ਉਹ ਪੰਥ ਤੇ ਪੰਜਾਬ ਦੇ ਮਨਾਂ ਵਿੱਚੋਂ ਲੱਥ ਚੁੱਕੇ ਸਨ ਸਾਨੂੰ ਕਈ ਤਰ੍ਹਾਂ ਦੇ ਫਤਵੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਕਿ ਏਜੰਸੀਆਂ ਦੇ ਬੰਦੇ ਆ ਨਕਲੀ ਅਕਾਲੀ ਦਲ ਆ ਯਰਐਸਐਸ ਦੇ ਆ ਬੜਾ ਕੁਝ ਕਿਹਾ ਪਰ ਅਸੀਂ ਬਿਨਾਂ ਕੁਝ ਪ੍ਰਵਾਹ ਕੀਤੇ ਐਸੀ ਮਹਿਮਦ ਦੇ ਵਿੱਚ ਡਟੇ ਰਹੇ ਤੇ ਸਾਨੂੰ ਆਸ ਸੀ ਕਿ ਜਿੰਨਾ ਵੱਡਾ ਸਾਨੂੰ ਸੁਜੋਗ ਲੋਕਾਂ ਦਾ ਦੋਹਾਂ ਸੀਟਾਂ ਤੇ ਮਿਲ ਰਿਹਾ ਤੇ ਸਾਨੂੰ ਵੱਡੀ ਕਾਮਯਾਬੀ ਤੇ ਅਸਾਰ ਦਿਖ ਰਹੇ ਸਨ ਇਸ ਕਰਕੇ 2-3 ਵਾਰ ਮੈਂ ਖਡੂਰ ਸਾਹਿਬ ਦੇ ਹਲਕੇ ਵਿੱਚ ਜਾ ਕੇ ਵੀ ਬੋਲਿਆ ਤੇ ਉੱਥੋਂ ਦਾ ਅਤਿਸ਼ਾਹ ਵੇਖਿਆ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਕੋਲੋਂ ਕੋਈ ਨਾਜਾਇਜ਼ ਹਥਿਆਰ ਨਹੀਂ ਫੜਿਆ ਗਿਆ ਉਹਨੇ ਕੋਈ ਕਤਲ ਨਹੀਂ ਕੀਤਾ ਉਹਨੂੰ ਕੋਈ ਪਾਰਲੀਮੈਂਟ ਤੇ ਹਮਲਾ ਨਹੀਂ ਕੀਤਾ ਕੋਈ ਯੋਜਨਾ ਨਹੀਂ ਸੀ ਕੋ ਲਿਟਰੇਚਰ ਨਹੀਂ ਫੜਿਆ ਗਿਆ ਫਿਰ ਐਵੇਂ ਛੋਟੇ ਜਿਹੇ ਕੇਸ ਦੇ ਵਿੱਚ ਫੜ ਕੇ ਉਹਨੂੰ ਐਨਐਸਏ ਦੇ ਅਧੀਨ ਇਥੋਂ 7ਵੀਂ ਸਟੇਟ ਦੇ ਵਿੱਚ ਡਬਰੂਗੜ ਸਿੜ ਦੇ ਨਾਮ ਆਸਾਮ ਦੀ ਜੇਲ੍ਹ 'ਚ ਇਹ ਇੱਕ ਤੱਕਾ ਸੀ ਤੇ ਤੱਕੇਸ਼ਾਈ ਦੇ ਖਿਲਾਫ ਪੰਜਾਬੀ ਲੜਨਾ ਜਾਣਦੇ ਆ ਇੱਥੇ ਪੱਟੀ ਦੀ ਜੇਲ੍ਹ 'ਚ ਪਾਉਂਦੇ ਆ ਮਰਸਾ ਸਾਹਿਬ ਦੀ ਜੇਲ੍ਹ 'ਚ ਪਾਉਂਦੇ ਜਲੰਧਰ ਭੇਜ ਦਿੰਦੇ ਪੰਜਾਬ ਦੀਆਂ ਥੋੜੀਆਂ ਜਿਹੀਆਂ ਜੇਲ੍ਹ ਆ ਸੋ ਇਸ ਕਰਕੇ ਇਹ ਇੱਕ ਤੱਕਾ ਕੀਤਾ ਗਿਆ ਐਨਐਸਏ ਵੀ ਗਲਤ ਲਾਈ ਤੇ ਇਹ ਨਹੀਂ ਦੂਰ ਸਿੱਟ ਦੇਣਾ ਵੀ ਇੱਕ ਜਲਾਲਤ ਸੀ ਉਹ ਜਲਾਲਤ ਦੀ ਬੰਗਾਰ ਸਮਝ ਕੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਸਮੂਹ ਪੰਜਾਬੀਆਂ ਨੇ ਬਹੁਤ ਵੱਡੀ ਲੀਡ ਦੇ ਉੱਪਰ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਹੈ ਮੈਂ ਖਡੂਰ ਸਾਹਿਬ ਦੀਆਂ ਸੰਗਤਾਂ ਦਾ ਵੀ ਅਤੇ ਫਰੀਦਕੋਟ ਦੀਆਂ ਸੰਗਤਾਂ ਦਾ ਵੀ ਸਮੂਹ ਵਰਕਰਾਂ ਦਾ ਤੇ ਅਹੁਦੇਦਾਰਾਂ ਦਾ ਜਿਨ੍ਹਾਂ ਜਿਨ੍ਹਾਂ ਪਾਰਟੀਆਂ ਨੇ ਕਿਸੇ ਇੱਕ ਪਾਰਟੀ ਦਾ ਕੰਮ ਨਹੀਂ ਸੀ ਕਿਉਂਕਿ ਆਜ਼ਾਦ ਮੀਰ ਵਰ ਸੀ ਮੈਂ ਵੀ ਬੇਨਤੀ ਕਰਾਂ ਕਿ ਸਥਾਪਿਤ ਪਾਰਟੀਆਂ ਦੇ ਵਿੱਚ ਆਜ਼ਾਦ ਮੀਰ ਵਰ ਨੂੰ ਜਿਤਨਾ ਔਖਾ ਹੁੰਦਾ ਕਿਉਂਕਿ ਉਹਦੇ ਕਰਕਰ ਦੇ ਵਿੱਚ ਵਰਕਰ ਨਹੀਂ ਹੁੰਦੇ ਕਰਕਰ ਦੇ ਵਿੱਚ ਉਹਦੇ ਸੋਰਸ ਨਹੀਂ ਹੁੰਦੇ ਪਰ ਇਹਦੇ ਇਹਦੇ باوجود ਸੰਗਤਾਂ ਨੇ ਆਪਣੀ ਇਲੈਕਸ਼ਨ ਸਮਝ ਕੇ ਕਰਕਰ ਦੇ ਵਿੱਚ ਹੀ ਉਹਨਾਂ ਦੇ ਝੰਡੇ ਚੁਲਾ ਦਿੱਤੇ ਇਸ ਕਰਕੇ ਸਾਰੀਆਂ ਸੰਗਤਾਂ ਦਾ ਫਰੀਦਕੋਟ ਦੀਆਂ ਤੇ ਖਰੂਰ ਸਾਹਿਬ ਦੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਮੂਹ ਵਰਕਰਾਂ ਦਾ ਉਦੇਦਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬੜੀ ਮਿਹਨਤ ਦੇ ਨਾਲ ਸਫਲਤਾ ਦਵਾਈ ਹੈ ਇਹ ਮੈਂ ਸਮਝਦਾ ਕਿ 40ਵੀਂ ਵਰੇਗੰਡ ਦੇ ਉੱਪਰ ਜੋ ਸਾਡੀ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ 40 ਸਾਲ ਹੋ ਗਏ ਤੇ 40 ਸਾਲ ਹੋ ਗਏ ਅਮਰ ਸ਼ਹੀਦ ਭਾਈ ਬਿਆਨ ਸਿੰਘ ਭਾਈ ਕੇਰ ਸਿੰਘ ਸਤਵੰਤ ਸਿੰਘ ਉਹਨਾਂ ਨੂੰ ਸ਼ਹੀਦ ਹੋਇਆ ਤੇ ਇਹ 40ਵੀਂ ਵਰੇਗੰਡ ਦੇ ਉੱਪਰ ਇੱਕ ਬਹੁਤ ਵੱਡੀ ਸ਼ਰਧਾਂਜਲੀ ਸ਼ਰਧਾ ਅਰਪਣ ਕੀਤੀ ਹੈ ਸੰਗਤਾਂ ਨੇ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਭਾਈ ਸਰਬਜੀਤ ਸਿੰਘ ਤੇ ਤੇ ਭਾਈ ਅਮਰਪਾਲ ਸਿੰਘ ਦੇ ਮੋਢਿਆਂ ਤੇ ਪਾਈ ਹੈ ਤੇ ਸਾਨੂੰ ਉਮੀਦ ਹੈ ਕਿ ਬੜੀ ਸਿਆਣਪ ਦੇ ਨਾਲ ਬੜੀ ਤਹਮਲ ਦੇ ਨਾਲ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਜਿਹੜਾ ਲੋਕਾਂ ਦੇ ਵਿੱਚ ਇੱਕ ਭਰਮ ਸੀ ਸੈਂਟਰ ਦੇ ਵਿੱਚ ਵੀ ਤੇ ਸਟੇਟ ਦੇ ਵਿੱਚ ਵੀ ਤੇ ਸਥਾਪਿਤ ਪਾਰਟੀਆਂ ਦੇ ਵਿੱਚ ਵੀ ਜੋ ਇੱਕ ਬਦਨਾਮ ਕਰਨ ਦਾ ਬਹੁਤ ਵੱਡਾ ਤਹਈਆ ਕੀਤਾ ਸੀ ਕਿ ਇਹ ਖੜਕੂ ਆ ਜੀ ਇਹਨਾਂ ਤੋਂ ਹਿੰਦੂਆਂ ਨੂੰ ਖਤਰਾ ਆ ਜੀ ਤੇ ਕੱਟ ਗਿਣਤੀਆਂ ਨੂੰ ਖਤਰਾ ਆ ਜੀ ਉਹ ਸਭ ਲੋਕਾਂ ਨੇ ਭਰਮ ਭਲੇਖੇ ਤੋੜ ਦਿੱਤੇ ਆ ਵਾ ਬਦਲ ਚਾਹੁੰਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕ ਯੂनाइटेड ਸੰਸਥਾ ਦੇ ਵਿੱਚ ਇਕੱਤਰ ਹੋ ਕੇ ਆਉਣ ਵਾਲੀਆਂ ਸਾਰੀਆਂ ਲਕਸ਼ਣਾ ਆਉਣ ਵਾਲੀਆਂ ਚੁਣੌਤੀਆਂ ਨੂੰ ਸਰ ਕਰਨਗੇ ਤੇ ਮੈਂ ਵੀ ਸਮਝਦਾ ਹੈ ਕਿ ਸੈਂਟਰ ਤੇ ਸਟੇਟ ਦਾ ਵੀ ਇੱਕ ਭਰਮ ਟੁੱਟ ਜਾਏਗਾ ਕਿ ਇਹਨਾਂ ਦੇ ਹੱਥ 'ਚ ਜੇ ਸਤਾ ਆਈ ਇਹਨਾਂ ਦੇ ਹੱਥ 'ਚ ਜੇ ਪਾਵਰ ਆਈ ਪਤਾ ਨਹੀਂ ਇਹ ਕੀ ਕਰ ਦੇਣਗੇ ਕਿਉਂਕਿ ਇਹ ਕੁਝ ਸਭ ਕੁਝ ਅਕਾਲੀ ਦਲ ਨੇ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਸਰਦਾਰ ਸੁਖਵੀਰ ਸਿੰਘ ਨੇ ਇਹ ਸੈਂਟਰ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਇਹ ਸਰਦੀ ਸੂਬਾ ਹੈ ਇਹ ਗਰਮ ਖਿਆਲੀ ਲੋਕ ਹੈ ਇਹ ਫਲਾਨੇ ਆ ਇਹ ਤੀਖੜੇ ਆ ਪਰ ਜਦੋਂ ਹੁਣ ਆ ਸਤਾ ਸਾਡੇ ਹੱਥ ਚ ਆਈ ਹੈ ਇਹ ਬੜੀ ਸਿਆਣਪ ਦੇ ਨਾਲ ਜਦੋਂ ਵਰਤਾਓ ਕਰਨਗੇ ਪਾਰਲੀਮੈਂਟ ਜਾਣਗੇ ਪਾਰਲੀਮੈਂਟ ਵਿੱਚ ਜਾ ਕੇ ਜਿਵੇਂ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਡਿਮਾਂਡ ਰੱਖਣਗੇ ਕਿ ਸਾਡੇ ਬੰਦੀ ਸਿੰਘਾਂ ਨੂੰ ਜਿਹੜੇ 40-40 ਸਾਲ ਤੋਂ ਬੈਠੇ ਆ ਉਹਨਾਂ ਨੂੰ ਛੱਡੋ ਪੰਜਾਬ ਤੇ ਹੋਰ ਬੜੇ ਮਸਲੇ ਆ ਇੱਥੇ ਨਸ਼ਿਆਂ ਦੇ ਦਰਿਆ ਵਗ ਰਹੇ ਆ ਨਸ਼ਿਆਂ ਦੇ ਵਪਾਰੀਆਂ ਨੂੰ ਠੱਲ ਪਾਉਣ ਦੀ ਲੋੜ ਹੈ ਇਹੋ ਜੇ ਸਾਡੇ ਮਸਲੇ ਆ ਅਸਲ ਵਿੱਚ ਜਿਹੜਾ ਸਾਡਾ ਧਰਮ ਜੁੱਧ ਮੋਰਚਾ ਇਸ ਗੱਲ ਤੇ ਲੱਗਾ ਸੀ ਕਿ ਆਨੰਦਪੁਰ ਦਾ ਮਤਾ ਜਿਹੜਾ ਹੈ ਉਹਦੇ ਵਿੱਚ ਇਹ ਸਾਰੀਆਂ तमाम ਮੰਗਾਂ ਸਿਗੀਆਂ ਅੱਜ ਅੱਧੇ ਤੋਂ ਵੱਧ ਹਿੰਦੁਸਤਾਨ ਜਿਹੜਾ ਹੈ ਹਿੰਦੁਸਤਾਨੀਆਂ ਸਟੇਟਾਂ ਜਿਹੜੀਆਂ ਉਹ ਆਨੰਦਪੁਰ ਦੇ ਮਤੇ ਨਾਲ ਸਹਿਮਤ ਹੈ ਕਿ ਸਾਨੂੰ ਇਹ ਡਿਮਾਂਡਸ ਜਿਹੜੀਆਂ ਹੈ ਆਨੰਦਪੁਰ ਦੇ ਮਤੇ ਦੀਆਂ ਸਾਨੂੰ ਪ੍ਰਵਾਨ ਹੈ ਜਿੰਨੀਆਂ ਕਿਸਾਨ ਜਿੱਥੇ ਬੰਦੀਆਂ ਹੈ ਉਹ ਵੀ ਸਮਝ ਚੁੱਕੀਆਂ ਹੈ ਕਿ ਅਸਲ ਵਿੱਚ ਆਨੰਦਪੁਰ ਦਾ ਮਤਾ ਸਾਡੀ ਨੈਤਿਕ ਆਜ਼ਾਦੀ ਦਾ ਆਧਾਰ ਹੈ ਇਸ ਕਰਕੇ ਮੈਂ ਸਮਝਦਾ ਕਿ ਆਉਣ ਵਾਲਾ ਸਮਾਂ ਜਿਹੜਾ ਇਹ ਸਾਡੀ 71 ਦਾ ਸਮਾਂ ਅੱਗੇ ਸਤਿਗੁਰੂ ਕਿਰਪਾ ਕਰਨ ਕਿਉਂਕਿ ਸਾਡੀ ਆਪਣੀ ਮੈਂ ਸਮਝਦਾ ਕੋਈ ਸਮਝ ਨਹੀਂ ਕਿ ਅਸੀਂ ਆਪੇ ਦੀ ਸਮਝ ਨਾਲ ਇਸ ਈਤਾਂ ਜਿੱਤੀਆਂ ਜਾਂ ਆਪਣੀ ਸਮਝ ਦੇ ਨਾਲ ਅਸੀਂ 71 ਹੋ ਜਾਵਾਂਗੇ ਇਹ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਮੈਨੂੰ ਉਮੀਦ ਹੈ ਕਿ ਅਸੀਂ 71 ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਕੀ ਬਾਦਲ ਤੇ ਬਲਟੋਹੀ ਨੇ ਵੀ ਇਹ ਨਹੀਂ ਦਿੱਤਾ ਸੀ ਕਿ ਜਿਹੜੇ ਅਮਰਪਾਲ ਸਿੰਘ ਦੇ ਵਕੀਲ ਨੇ ਰਾਜਦੇਵ ਸਿੰਘ ਆਰਐਸਐਸ ਦੇ ਵਕੀਲ ਨੇ ਇਸ ਦੇ ਪਿੱਛੇ ਆਰਐਸਐਸ ਹੈ ਜੋ ਅੰਮਰਤਪਾਲ ਸਿੰਘ ਤੋਂ ਲੜਦੇ। ਦੇਖੋ ਜਿਹੜੀ ਆਰਐਸਐਸ ਹੈ ਉਹ ਤਾਂ ਇੱਕ ਨਰਸਰੀ ਹੈ। ਉਸ ਨਰਸਰੀ ਦਾ ਬਾਗ ਹੈ ਬੀਜੇਪੀ। ਬੀਜੇਪੀ ਦੇ ਬਾਗ ਦੇ ਵਿੱਚੋਂ ਤਾਂ بڑے ਅੰਬ ਖਾਦੇ ਸੁਖਵੀਰ ਬਾਦਲ ਨੇ। ਬੀਜੇਪੀ ਦੇ ਬਾਗ ਦੇ ਵਿੱਚ ਤਾਂ ਬੜੀਆਂ ਬੌਧਾਂ ਮਾਣੀਆਂ। ਪਰ ਆਰਐਸਐਸ ਦੇ ਉੱਪਰ ਬਣਾਵਨ ਨੂੰ ਦੁੱਖ ਲੱਗਾ। 35 ਸਾਲ ਆਰਐਸਐਸ ਦੀ ਨਰਸਰੀ ਚੋਂ ਪੈਦਾ ਹੋਇਆ ਬਾਗ ਬੀਜੇਪੀ ਦੀਆਂ ਤਾਂ ਚੱਪਲਾਂ ਚੜਦੇ ਰਹੇ। ਹੁਣ ਉਹਨਾਂ ਨੂੰ ਕਿਉਂ ਦੁੱਖ ਲੱਗਾ? ਇਹਦਾ ਵਕੀਲ ਹੈ ਇੱਕ ਵਕੀਲ ਦਾ ਪੇਸ਼ਾ ਹੈ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋ ਸਕਦਾ ਹੈ ਰਾਜਦੇਵ ਸਿੰਘ ਕੌਣ ਹੋ ਸਕਦਾ ਹੈ ਉਹ ਤਾਂ ਅਮਰਪਾਲ ਸਿੰਘ ਦਾ ਇੱਕ ਵਕੀਲ ਹੈ ਵਕੀਲ ਨੇ ਇੱਕ مشورہ ਦਿੱਤਾ ਕਿ ਤੁਹਾਨੂੰ ਇਲیکشن ਲੜਨੀ ਚਾਹੀਦੀ ਹੈ ਉਹਨੇ ਸਲਾਹ ਮੰਨ ਲਈ ਪਰਿਵਾਰ ਨਾਲ ਸਲਾਹ ਕੀਤੀ ਸੰਗਤਾਂ ਦਾ ਸਹਿਯੋਗ ਲਿਆ ਤੇ ਅਮਰਪਾਲ ਸਿੰਘ ਖੜਾ ਹੋ ਗਿਆ ਉਹਨਾਂ ਨੇ ਤੇ ਬੜੇ ਦੋਸ਼ ਲਾਏ ਸਰਦਾਰ ਸਬਰਜੀਤ ਸਿੰਘ ਖਾਲਸਾ ਤੇ ਦੋਸ਼ ਲਾਏ ਕਿ ਉਹਦਾ ਭਰਾ ਕਹਿੰਦਾ ਉਹਦੀ ਭੈਣ ਆ ਕਹਿੰਦੀ ਐ ਇੱਥੋਂ ਤੱਕ ਗਿਰ ਗਏ ਕਿ ਪਰਿਵਾਰਕ ਵਿਅਕਤੀਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਿਹੜੇ ਪਰਿਵਾਰ ਵਿੱਚ ਵਖਰੇਵਾ ਨਹੀਂ ਹੁੰਦਾ ਤੇ ਹੁਣ ਜਦੋਂ ਸਰਦਾਰ ਸੁਖਬੀਰ ਸਿੰਘ ਦੀ ਆਪਣੀ ਭੈਣ ਸਤਕਾਰਜੋਧਾ ਪਨੋਈਆ ਉਹਦੀ ਪਾਰਟੀ ਛੱਡ ਕੇ ਉਸੇ ਬੀਜੇਪੀ ਚ ਚਲੇ ਗਏ ਉਹਦੇ ਵਾਸਤੇ ਤਾਂ ਬੋਲੇ ਨਹੀਂ ਉਹ ਇਸ ਕਰਕੇ ਇਹ ਨੈਤਿਕਤਾ ਤੁਥਲੇ ਨਹੀਂ ਜਾਣਾ ਚਾਹੀਦਾ ਅਕਾਲੀ ਗੱਲ ਕਹਿੰਦਾ ਪੰਥ ਦੀ ਪਾਰਟੀ ਅੱਜ ਇੱਕ ਸੀਟਾਂ ਹੀ ਸਿਰਫ ਉਹਨਾਂ ਨੂੰ ਕੀ ਖੜਾ ਚੁ ਦੇਖੋ ਇੱਕ ਸੀਟ ਤੋਂ ਇਲਾਵਾ ਜਿਹੜੀ ਮੈਂ ਹੁਣੇ ਸਰਵੇਖਣ ਵੇਖ ਰਿਹਾ ਸੀ ਅਕਾਲੀ ਦਲ ਨੂੰ 12% ਟੋਟਲ ਸੀਟਾਂ ਮਿਲਿਆ ਤੇ ਜਿਹੜੀ ਭਾਜਪਾ ਤੇ ਇੰਨਾ ਖਫਾ ਹੈ ਉਹਨੂੰ 17.5% ਸੀਟ ਵੋਟਾਂ ਲਈ ਟੋਟਲ ਇਹ ਕਾਰਨ ਕੀ ਹੈ ਇਹ ਕਾਰਨ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਮੈਂ ਇਹ ਸਮਝਦਾ ਕਿ ਅਕਾਲੀ ਦਲ ਬਹੁਤ ਕੁਰਬਾਨੀਆਂ ਨਾਲ ਬਣੀ ਹੋਈ ਜਥੇਬੰਦੀ ਹੈ ਇਹ ਇੱਕ ਪਿਆਸੇ ਲੋਕਾਂ ਵਾਸਤੇ ਖੂਹ ਸੀ ਹਰ ਇੱਕ ਦੀ ਪਿਆਸ ਬੁਝਾਉਣ ਵਾਲਾ ਸੀ ਪਰ ਉਹਦੇ ਵਿੱਚ ਸੁਖਵੀਰ ਸਿੰਘ ਆਪ ਮਰੀ ਹੋਈ ਬਿੱਲੀ ਡਿੱਗ ਪਈ ਸਾਰਾ ਪਾਣੀ ਇਹਨੇ ਗੰਦਲਾ ਕਰ ਦਿੱਤਾ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਨੂੰ ਜਿੰਨੀ ਜਲਦੀ ਅਕਾਲੀ ਦਲ ਇਸ ਪਾਰਟੀ ਚੋਂ ਪਾਸੇ ਕਰਦੇਵੇ ਉਹਨੇ ਲੋਕਾਂ ਦਾ ਲੁੱਟਿਆ ਹੋਇਆ ਧਨ ਆਪਣੀ ਸੀਟ ਤੇ ਲਾ ਕੇ ਤਾਂ ਜਿਤਾ ਲਈ ਆਪਣੀ ਘਰ ਵਾਲੀ ਪਰ ਹੋਰ ਇੱਕ ਵੀ ਸੀਟ ਜਿੱਤ ਸਕਿਆ ਸਭ ਪੰਜਵੇਂ ਥਾਵਾਂ ਤੇ ਕਿਉਂ ਆਏ ਇਸ ਕਰਕੇ ਕਿਉਂਕਿ ਕਦੇ ਤਾਂ ਉਹ ਸਿਰਸੇ ਵਾਲੇ ਨੂੰ ਜਾ ਕੇ ਨਵਾਜਦਾ ਪਿਛਲੇ ਦਿਨੀ ਕਹਿੰਦਾ ਜੀ ਜਿਹੜੇ ਆਹ ਲੀਡਰ ਤੁਰੇ ਫਿਰਦੇ ਆ ਕਿਤਾ ਦੋ ਦੋ ਗਨਮੈਨ ਮੰਗਦੇ ਆ ਗਨਮੈਨ ਤਾਂ ਜਿਹੜਾ ਇਹਨੇ ਇੱਕ ਫਿਲਮ ਬਣਾਈ ਸੀ ਮੈਸेंजर ਆਫ ਗੋਡ ਸਰਸੇ ਵਾਲੇ ਨੇ ਉਹਨੇ ਉਸ ਫਿਲਮ ਦੇ ਪੋਸਟਰ ਲਾਏ ਇੱਕ ਪੋਸਟਰ ਤੇ ਇੱਕ ਗਨਮੈਨ ਲਾਤਾ ਸੀ ਸਾਰੇ ਪੰਜਾਬ 'ਚ ਵੀ ਇਹ ਜਿਹੜੀ ਫੋਰਸ ਹੈ ਪੰਜਾਬ ਦੀ ਪੰਜਾਬ ਦੀ ਪੁਲਿਸ ਹੈ ਇਹ ਕਿਸੇ ਦੀ ਨਿੱਜੀ ਨਹੀਂ ਹੈ ਇਹ ਪੰਜਾਬ ਦੇ ਫੰਡਾਂ ਨੇ ਪੰਜਾਬ ਦੇ ਟੈਕਸਾਂ ਦੇ ਨਾਲ ਪੰਜਾਬ ਦੇ ਧਨ ਦੇ ਨਾਲ ਇਹਨਾਂ ਨੂੰ ਤਨਖਾਹ ਮਿਲਦੀ ਹੈ ਇਹ ਕੋਈ ਨਿੱਜੀ ਫੋਰਸ ਨਹੀਂ ਸੁਖਵੀਰ ਸਿੰਘ ਕੱਲੇ-ਕੱਲੇ ਪੋਸਟਰ ਦੇ ਉੱਪਰ ਤਾਂ ਪੁਲਿਸ ਲਾ ਦਿੱਤੀ ਉੱਥੇ ਤਾਂ ਬੋਲਿਆ ਨਹੀਂ ਤੇ ਜੇ ਕਿਸੇ ਸ਼ਖਸੀਅਤ ਨੇ ਜੇ ਕਿਸੇ ਮਹਾਨ ਵਿਅਕਤੀ ਨੇ ਕੋਈ ਆਪਣੇ ਨਿੱਜੀ ਗਨਮੈਂਟ ਮੰਗ ਲਈ ਉਹ ਉਹਨਾਂ ਨੂੰ ਜਨੌਨ ਲੱਗ ਪਿਆ ਵੀ ਮੈਂ ਤਾਂ ਜੀ ਮੈਂ ਇਹਨਾਂ ਨੂੰ ਗਨਮੈਂਟ ਦਿੱਤੇ ਸੀ ਜੀ ਇਹ ਗੱਲਾਂ ਕਰਨ ਵਾਲੀਆਂ ਇਸ ਕਰਕੇ ਸੁਖਵੀਰ ਸਿੰਘ ਨੇ ਉਸ ਗੱਲਬਾਤ ਤਾਂ ਧਿਆਨ ਨਹੀਂ ਦਿੱਤਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਹੋਈ ਤੇ ਉੱਥੇ ਬਿਦਵੀ ਦਾ ਰੋਸ ਦਾ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਛਾਤ ਮੈਂ ਢੰਗ ਨਾਲ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸੰਗਤਾਂ ਦੇ ਉੱਪਰ ਇਹਦੇ ਗ੍ਰਹਿ ਮੰਤਰੀ ਹੁੰਦੇ ਆ ਉਹਨਾਂ ਦੀਆਂ ਛਾਤੀਆਂ 'ਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਇੱਕ ਵਾਰੇ ਵੀ ਪਛਤਾਵਾ ਕੀਤਾ ਇਹਨੇ ਸ੍ਰੀ ਅਕਾਲਤਾ ਸਭ ਤੋਂ ਮਾਫੀ ਮੰਗਦਾ ਕਿ ਮੇਰੀ ਫੋਰਸ ਨੇ ਮੇਰੇ ਗ੍ਰਹਿ ਮੰਤਰੀ ਹੁੰਦੇ ਆ ਸਿੱਖਾਂ ਦੇ ਉੱਪਰ ਗੋਲੀਆਂ ਚਲਾਈਆਂ ਤੇ ਹੁਣ ਕਿਹੜੇ ਮੂੰਹ ਦੇ ਨਾਲ ਜੇ ਇਹ ਜਾ ਕੇ ਆਪ ਖਡੂਰ ਸਾਹਿਬ ਦੀ ਸੀਟ ਤੇ ਬੋਲਦਾ ਰਿਹਾ ਵੀ ਇਹ ਤਾਂ ਜੀ ਅਮਰਪਾਲ ਸਿੰਘ ਤਾਂ ਫਲਾਣਾ ਹੈ ਜੀ ਇਹ ਤਾਂ ਫਲਾਣਾ ਹੈ ਜੀ ਪਰ ਇਹਦਾ ਕੈਂਡੀਡੇਟ ਤਾਂ ਚੱਲਿਆ ਗਿਆ ਪੰਜਵੇਂ ਥਾਂ ਤੇ ਕਿਸੇ ਸੀਟ ਦਾ ਨਾਮ ਲੈ ਲਓ ਤੁਸੀਂ ਕਿਸੇ ਸੀਟ ਤੇ ਚੌਥੇ ਥਾਂ ਤੇ ਹੈ ਹੀ ਨਹੀਂ ਤੇ ਪੰਜਵੇਂ ਤੂੰਗਾ ਕੋਈ ਥਾਂ ਨਹੀਂ ਇਹ ਅਖੀਰ ਤੇ ਡਿੱਗੇ ਵਿਆ ਇਸ ਕਰਕੇ ਨੈਤਿਕਤਾ ਦੇ ਆਧਾਰ ਤੇ ਤੁਰੰਤ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਛੱਡ ਦੇਣਾ ਚਾਹੀਦਾ ਹੈ ਅਕਾਲੀ ਦਲ ਨੂੰ ਸਨਮਾਨਤ ਕਰ ਦੇਣਾ ਚਾਹੀਦਾ ਹੈ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਇਹ ਸ਼ਹੀਦਾਂ ਦਾ ਅਪਮਾਨ ਕਰਦੇ ਰਹੇ ਆ ਪਹਿਲਾਂ ਵੀ ਜਦੋਂ ਸਰਦਾਰ ਬਿਆਨਤ ਸਿੰਘ ਦੇ ਸ਼ਹੀਦ ਦੇ ਪਿਤਾ ਸਰਦਾਰ ਸੁੱਚਾ ਸਿੰਘ ਮਲੋਆ ਨੂੰ ਅਸੀਂ ਬਠਿੰਡੇ ਤੋਂ ਖੜਾ ਕੀਤਾ ਸੀ ਤੇ ਉਹਦੇ ਮੁਕਾਬਲੇ ਦੇ ਵਿੱਚ ਗੁਰਦੇਵ ਸਿੰਘ ਬਾਦਲ ਖੜਾ ਕਰਤਾ ਸੀ ਉਦੋਂ ਵੀ ਸੰਗਤਾਂ ਨੇ ਗੁਰਦੇਵ ਸਿੰਘ ਬਾਦਲ ਦੀਆਂ ਜਮਾਨਤਾਂ ਜ਼ਬਤ ਕਰਵਾ ਦਿੱਤੀਆਂ ਸੀ ਫਿਰ ਵੀ ਨਹੀਂ ਸਮਝੇ ਕਦੇ ਵੀ ਇਹਨਾਂ ਨੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਨਹੀਂ ਕੀਤਾ ਸਿਰਫ ਸ਼ਹੀਦਾਂ ਨੂੰ ਤੇ ਪੰਜਾਬੀਆਂ ਦੇ ਭੋਲੇਪਨ ਨੂੰ ਪੰਜਾਬੀਆਂ ਦੇ ਸਿਆਣਪ ਨੂੰ ਇਹ ਹਮੇਸ਼ਾ ਵਰਤਦੇ ਰਹੇ ਪਰ ਕਦੇ ਸ਼ਹੀਦਾਂ ਨੂੰ ਸਨਮਾਨ ਦੇਣ ਵਾਲੀ ਜਥੇ ਦਾ ਜਥੇਬੰਦੀ ਦਾ ਨਾਂ ਅਕਾਲੀ ਦਲ ਜਦੋਂ ਦਾ ਇਹਨਾਂ ਨੇ ਕਮਾਂਡ ਸੰਭਾਲੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਦੇ ਬਿਲਕੁਲ ਹੀ ਕਾਬਲ ਨਹੀਂ ਜੇ ਪੰਥਕ ਤੌਰ ਤੇ ਸੋਚੀਏ ਤਾਂ ਇਹ ਤਰਤੀਬ ਵਾਰ ਪੰਜ ਬਾਣੀਆਂ ਦੇ ਨਾਂ ਨਹੀਂ ਦੱਸ ਸਕਦਾ ਜੇ ਨਿਰਧਕਤਾ ਹੈ ਤੇ ਕੋਈ ਪੰਜਾਂ ਬਾਣੀਆਂ ਦੇ ਦੋ ਬਾਣੀਆਂ ਜੁਬਾਨੀ ਸੁਣਾ ਦੇਵੇ ਕਦੇ ਇਹਦੇ ਗਾਤਰਾ ਪਾਇਆ ਨਹੀਂ ਦੇਖਿਆ ਹੁਣ ਕਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੱਸ ਦੇਣ ਕਿ ਕਦੇ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦੇ ਵਿੱਚ ਕਦੇ ਉਹਨੂੰ ਇਸ਼ਨਾਨ ਕਰਦਾ ਦੇਖਿਆ ਕਿਸੇ ਨੇ ਦੇਖਿਆ ਹੋਵੇ ਤਾਂ ਦੱਸ ਦੇਵੇ ਇਹ ਗੱਲਾਂ ਤਾਂ ਹੈ ਹੀ ਨਹੀਂ ਉਹ ਕਹੂਗਾ ਜੀ ਸਾਡੀ ਪੰਥਕ ਜਥੇਬੰਦੀ ਜੀ ਸਾਡੀ ਕੁਰਬਾਨੀਆਂ ਨਾਲ ਭਰਿਆ ਬੰਦਾ ਅਕਾਲੀ ਦਲ ਦੀ ਬੜੀ ਜੀ ਨਹੀਂ ਹੁੰਦਾ ਜੀ ਇਹ ਇੱਕ 130 ਸਾਲ ਦੀ ਪੁਰਾਣੀ ਜਥੇਬੰਦੀ ਹੈ ਜੀ ਹਾਂ ਇਹਦੇ ਕਦੇ ਬਾਬਾ ਖੜਕ ਸਿੰਘ ਜੀ ਇਹਦੇ ਪ੍ਰਧਾਨ ਸੀ ਲੋਕਾਂ ਚ ਸਤਕਾਰ ਸੀ ਕਦੇ ਮਾਸਟਰ ਤਾਰਾ ਸਿੰਘ ਕਦੇ ਸੰਤ ਫਤਿਹ ਸਿੰਘ ਕਦੇ ਬਾਬਾ ਜਗਵਿੰਦਰ ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਿਤਾ ਜੀ ਇਹਦੇ ਪ੍ਰਧਾਨ ਰਹੇ ਤੇ ਜਿਨ੍ਹਾਂ ਨੇ 1999 ਦੇ ਵਿੱਚ ਸਾਰੀਆਂ ਸੀਟਾਂ ਪੰਥ ਦੀ ਝੋਲੀ ਚ ਪਾਈਆਂ ਸੀ ਪਰ ਕਦੇ ਸੁਖਵੀਰ ਸਿੰਘ ਬਾਦਲ ਕਦੇ ਨਾ ਤਾਂ ਇਹ ਅੰਮ੍ਰਿਤ ਵੇਲੇ ਉੱਠੇ ਨਾ ਇਹ ਬਾਣੀ ਪੜੇ ਨਾ ਇਹ ਕਦੇ ਸਟੇਜ ਤੋਂ ਕਦੇ ਵੀ ਸਿੰਘੋ ਤੁਸੀਂ ਅੰਮ੍ਰਿਤ ਛਕੋ ਬਾਣੀ ਪੜੋ ਬਾਣੀ ਬਾਣੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ ਤੇ ਫਿਰ ਕਹੇਗਾ ਜੀ ਅਕਾਲੀ ਦਲ ਵੱਡਾ ਜਿਸ ਕਰਕੇ ਨਾ ਤਾਂ ਧਾਰਮਿਕ ਤੌਰ ਤੇ ਨਾ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਕਦੇ ਇਹਨੇ ਨੰਨਪੁਰ ਦੇ ਮਤੇ ਦੀ ਗੱਲ ਕੀਤੀ ਹੋਵੇ ਵੱਧ ਉਧ ਘਰਾਂ ਦੀ ਗੱਲ ਕੀਤੀ ਹੋਵੇ ਇਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੋਵੇ ਕਦੇ ਵੀ ਜਦੋਂ ਇਹ ਭਾਜਪਾ ਦੇ ਨਾਲ ਭਾਈ ਵਾਲੀ ਵੀ ਸੀ ਉਦੋਂ ਵੀ ਕਦੇ ਪੰਜਾਬ ਦੇ ਹੱਕਾਂ ਦੀ ਗੱਲ ਇਹਨਾਂ ਨੇ ਕੀਤੀ ਨਹੀਂ ਸਿਰਫ ਆਪਣੀ ਸਤਾ ਦੀ ਗੱਲ ਕੀਤੀ ਜਿਸ ਕਰਕੇ ਲੋਕਾਂ ਦੇ ਮਨਾਂ ਚ ਉਤਰ ਗਏ